ਜੈੱਡ ਪਲੱਸ ਦਾ ਜਿਹੜਾ ਖਰਚਾ ਹੈ ਉਹ ਲਗਭਗ 25 ਲੱਖ ਰੁਪਈਆ ਮਹੀਨਾ ਜਿਹੜਾ ਜੈੱਡ ਪਲੱਸ ਸਕਿਉਰਟੀ ਦਾ ਆਉਂਦਾ ਹੈ। ਤੋ ਜੈੱਡ ਸਕਿਉਰਟੀ ਆ ਗਈ ਜਿਹਦਾ ਖਰਚਾ ਕਰੀਬ 15 ਲੱਖ ਰੁਪਈਆ ਮਹੀਨਾ, ਵਾਈ ਪਲੱਸ ਜਿਹੜੀ ਹੈਗੀ ਆ ਉਹਦੇ ਉੱਪਰ ਕਰੀਬ 12 ਕੁ ਲੱਖ ਰੁਪਈਆ ਜਿਹੜਾ ਖਰਚਾ ਮਹੀਨੇ ਦਾ ਆਉਂਦਾ। ਰੁਪਾਲਾ ਜੀ ਕਹਿੰਦੇ ਇੱਕ ਸਿਆਸਤਦਾਨ ਜਿਹੜਾ ਮੂਵ ਕਰਦਾ ਬੀਜੇਪੀ ਵੱਲ ਤਾਂ ਉਹਦਾ ਖਰਚਾ ਜਿਹੜਾ 10 ਲੱਖ ਹੋ ਜਾਂਦਾ। ਜਿੰਨੀ ਦੇਰ ਤੋਂ ਆਪਣੀ ਪਾਰਟੀ 'ਚ ਹੈ ਉਨੀ ਦੇਰ ਤੋਂ ਉਹਨੂੰ ਕੋਈ ਡਰ ਹੈ ਨਹੀਂ। ਜਿਸ ਦਿਨ ਉਹ ਜੰਪ ਕਰਕੇ ਬੀਜੇਪੀ ਚਲਾ ਗਿਆ ਤੇ ਉਸ ਦਿਨ ਉਹਨੂੰ ਖਤਰਾ ਖੜਾ ਹੋ ਗਿਆ। ਜਿਹੜੀ ਇਹ ਖਾਸ ਕਰਕੇ ਵਾਈ ਸਕਿਉਰਟੀ ਹੈ, ਵਾਈ ਪਲੱਸ ਹੈ, ਇਹਦੀਆਂ ਜਿਹੜੀ ਸਕਿਉਰਟੀ ਦੇਣੀ ਹੈ ਜਾਂ ਤਾਂ ਸੈਂਟਰ ਸਰਕਾਰ ਦੀ। ਵੀ ਪਾਰਟੀ ਛੱਡ ਕੇ ਜਿਹੜਾ ਬੀਜੇਪੀ ਵੱਲ ਮੂਵ ਕਰ ਲਓ ਤੇ ਤੁਹਾਨੂੰ ਸਕਿਉਰਟੀ ਮਿਲ ਜੂਗੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰਾਂਗੇ ਅੱਜ ਸਿਆਸਤਦਾਨ ਦੀ। ਜਿਹੜੇ ਸਿਆਸਤਦਾਨ ਨੇ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵੱਲ ਮੂਵ ਕਰ ਰਹੇ ਨੇ, ਯਾਨੀ ਕਿ ਬੀਜੇਪੀ ਵੱਲ ਮੂਵ ਕਰ ਰਹੇ ਨੇ, ਜਿਨ੍ਹਾਂ ਨੂੰ ਜਿਹੜਾ ਵੱਖ ਵੱਖ ਸ਼੍ਰੇਣੀ ਦੀ ਸੁਰੱਖਿਆ ਜਿਹੜੀ ਦਿੱਤੀ ਜਾ ਰਹੀ ਹੈ ਉਸ ਤੋਂ ਉੱਪਰ ਕਿੰਨਾ ਖਰਚਾ ਆਉਂਦਾ ਹੈ, ਬੋਲਦਾ ਪੰਜਾਬ ਦਾ ਜ਼ਿਕਰ ਕਰਦੇ ਹਾਂ। ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ, ਗੁਰਮੁਖ ਸਿੰਘ ਰੁਪਾਲਾ ਜੀ। ਰੁਪਾਲਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁਪਾਲਾ ਜੀ, ਕਹਿੰਦੇ ਇੱਕ ਸਿਆਸਤਦਾਨ ਜਿਹੜਾ ਮੂਵ ਕਰਦਾ ਹੈ ਬੀਜੇਪੀ ਵੱਲ ਤਾਂ ਉਹਦਾ ਖਰਚਾ ਜਿਹੜਾ 10 ਲੱਖ ਹੋ ਜਾਂਦਾ ਹੈ, ਇਹ ਕਿਵੇਂ ਹੁੰਦਾ, ਕਿੱਥੋਂ ਆਉਂਦਾ 10 ਲੱਖ ਰੁਪਈਆ ਤੇ ਵਜ੍ਹਾ ਕੀ ਹੈ ਇਹਦੀ? ਅਮਰਜੀਤ, ਗੱਲ ਇਹ ਹੈ ਕਿ ਜਿਹੜਾ ਵੀ ਕੋਈ ਬਾਗੀ ਹੈ ਖਾਸ ਕਰਕੇ ਪੰਜਾਬ ਦੇ, ਚਾਹੇ ਉਹ ਕਾਂਗਰਸ ਨੂੰ ਛੱਡ ਰਿਹਾ, ਚਾਹੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਰਿਹਾ, ਚਾਹੇ ਉਹ ਅਕਾਲੀ ਦਲ ਨੂੰ ਛੱਡ ਰਿਹਾ, ਜਿਹੜਾ ਵੀ ਬਾਗੀ ਹੋ ਕੇ ਬੀਜੇਪੀ ਜਾਂਦਾ ਤੇ ਜਦੋਂ ਉਹਨੂੰ ਵਾਈ ਸਕਿਉਰਟੀ ਮਿਲਦੀ ਹੈ ਤੇ ਜਾਂ ਵਾਈ ਪਲੱਸ ਮਿਲਦੀ ਹੈ ਤਾਂ ਇਹ ਲਾ ਲਓ ਵੀ ਉਹਨੂੰ 10 ਤੋਂ 15 ਲੱਖ ਰੁਪਈਆ ਮਹੀਨਾ ਉਹਦਾ ਖਰਚਾ ਸ਼ੁਰੂ ਹੋ ਗਿਆ। ਹੁਣ ਉਹ ਖਰਚਾ ਕੋਲੋਂ ਨਹੀਂ ਦੇਣਾ ਉਹਨੇ, ਉਹ ਖਰਚਾ ਕੇਂਦਰ ਸਰਕਾਰ ਦੇਵੇਗੀ। ਕਿਉਂ? ਕਿਉਂਕਿ ਉਹਦੀ ਜਿਹੜੀ ਸਕਿਉਰਟੀ ਹੈ, ਜਿਹੜਾ ਉਹਦਾ ਸੁਰੱਖਿਆ ਕਵਚ ਮਿਲਿਆ ਉਹਨੂੰ, ਉਹ ਸੁਰੱਖਿਆ ਕਵਚ ਦਾ ਖਰਚਾ ਜਿਹੜਾ ਉਹ 10 ਤੋਂ 15 ਲੱਖ ਰੁਪਈਆ ਜਿਹੜਾ ਮਹੀਨਾ ਆ ਰਿਹਾ। ਠੀਕ ਹੈ, ਉਹ ਹੁਣ ਗੱਲ ਇਹ ਹੈ ਕਿ ਉਹਨੂੰ ਜਿੰਨੀ ਦੇਰ ਤੋਂ ਆਪਣੀ ਪਾਰਟੀ 'ਚ ਹੈ ਉਨੀ ਦੇਰ ਤੋਂ ਉਹਨੂੰ ਕੋਈ ਡਰ ਹੈ ਨਹੀਂ। ਜਿਸ ਦਿਨ ਉਹ ਜੰਪ ਕਰਕੇ ਬੀਜੇਪੀ ਚਲਾ ਗਿਆ ਤੇ ਉਸ ਦਿਨ ਉਹਨੂੰ ਖਤਰਾ ਖੜਾ ਹੋ ਗਿਆ। ਦੇਖੋ, ਜਾਂ ਤਾਂ ਉਹਨੂੰ ਡਰ ਹੈਗਾ ਆਪਣੀ ਪਾਰਟੀ ਤੋਂ, ਆਪਣੇ ਵਰਕਰਾਂ ਤੋਂ, ਤੇ ਜਾਂ ਫਿਰ ਲੋਕਾਂ ਤੋਂ ਡਰ ਹੈ। ਹੁਣ ਗੱਲ ਇਹ ਹੈ ਕਿ ਉਹਨੂੰ ਸਿਕਿਉਰਟੀ ਮਿਲੀ ਕਿਵੇਂ, ਇਹਦਾ ਪੈਰਾਮੀਟਰ ਕੀ ਹੈ, ਰੀਜ਼ਨ ਕੀ ਹੁੰਦਾ, ਮੇਰਾ ਆਪਾਂ ਜਿਹੜਾ ਪੈਰਾਮੀਟਰ ਕੀ ਹੈ, ਇਹਦਾ ਮਾਪਦੰਡ ਕੀ ਆ, ਆਪਾਂ ਇਹਦੇ ਲਈ ਇੱਕ ਵਾਰ ਗੱਲ ਕਰ ਲੈਂਦੇ ਹਾਂ। ਜਿਹੜੇ ਸਾਬਕਾ SSP ਨੇ ਤੇ CID ਡਿਪਾਰਟਮੈਂਟ ਚੋਂ ਵੀ ਰਿਟਾਇਰ ਨੇ ਜੀ, ਬਿਲਕੁਲ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਤੋਂ ਬਾਅਦ ਫਿਰ ਇਸ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ ਜੀ, ਬਿਲਕੁਲ। ਦਰਸ਼ਕੋ, ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸਤਪਾਲ ਸਿੰਘ ਸਿੱਧੂ, ਜਿਹੜੇ ਰਿਟਾਇਰ ਨੇ SSP ਪੰਜਾਬ ਪੁਲਿਸ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਵਾਈ ਸਕਿਉਰਟੀ ਲਗਾਤਾਰ ਮਿਲ ਰਹੀ ਹੈ ਬੀਜੇਪੀ ਨੇਤਾਵਾਂ ਨੂੰ, ਉਹਦੇ ਮਾਪਦੰਡ ਕੀ ਨੇ? ਸਿੱਧੂ ਸਾਹਿਬ, ਤੁਹਾਡਾ ਬੋਲਦਾ ਪੰਜਾਬ ਪ੍ਰੋਗਰਾਮ ਸਵਾਗਤ ਹੈ ਜੀ। ਸਿੱਧੂ ਸਾਹਿਬ, ਇੱਕ ਗੱਲ ਇਹ ਹੈ ਕਿ ਪਿਛਲੇ ਕੁਝ ਦੇਰ ਤੋਂ ਇੱਕ ਜਿਹੜੀ ਨਵੀਂ ਪਰਸੈਪਸ਼ਨ ਚੱਲ ਰਹੀ ਹੈ ਕਿ ਜਿਹੜਾ ਬੰਦਾ ਕਾਂਗਰਸ, ਆਮ ਆਦਮੀ ਪਾਰਟੀ ਜਾਂ ਜਿਹੜੀ ਮਰਜ਼ੀ ਪਾਰਟੀ ਛੱਡ ਕੇ ਬੀਜੇਪੀ ਚਲਾ ਜਾਂਦਾ ਹੈ ਤੇ ਉਹਨੂੰ ਨਾਲ ਦੀ ਨਾਲ 22 ਸਕਿਉਰਟੀ ਜਾਂ 22+ ਮਿਲ ਜਾਂਦੀ ਹੈ, ਕੀ ਇਹਦਾ ਸਕਿਉਰਟੀ ਮਿਲਣ ਦਾ ਮਾਪਦੰਡ ਕੀ ਹੈ? ਦੇਖੋ, ਗੱਲ ਇਹ ਹੈ, ਮਾਪਦੰਡ ਇਹਦੇ ਵਿੱਚ ਸਭ ਤੋਂ ਜਿਹੜਾ ਮਾਪਦੰਡ ਜ਼ਰੂਰੀ ਇਹ ਬਣਾਏ ਗਏ ਨੇ ਕਿ ਤੁਹਾਡੇ ਜਿਹਨੂੰ ਸਟੈਂਡਿੰਗ ਇੰਸਟਰਕਸ਼ਨਸ ਕਹਿੰਦੇ ਨੇ, ਸਟੈਂਡਿੰਗ ਆਰਡਰਸ ਕਹਿੰਦੇ ਨੇ, ਉਹਨਾਂ ਦੇ ਅਕੋਰਡਿੰਗਲੀ ਵਾਈ ਸਕਿਉਰਟੀ ਦੇਣ ਵਾਸਤੇ ਜੀ ਕਈ ਸੋਰਸਿਸ ਤੋਂ ਰਿਪੋਰਟਾਂ ਲਈਆਂ ਜਾਂਦੀਆਂ ਕਿ ਇਹਦਾ ਸੈਟ ਪਰਸੈਪਸ਼ਨ ਕੀ ਹੈ ਜੀ। ਜਿਹਦੇ ਵਿੱਚ ਜੇਕਰ ਪੰਜਾਬ ਹੈ ਤਾਂ ਪੰਜਾਬ ਦੀ CID ਜਿਹੜੀ ਡਿਪਾਰਟਮੈਂਟ ਹੈ ਉਹ ਤੋਂ ਰਿਪੋਰਟ ਜਾਂਦੀ ਹੈ ਜੀ। ਸੈਕੰਡ ਰਿਪੋਰਟ ਜਿਹੜੀ ਜਾਂਦੀ ਹੈ ਉਹ ਪੰਜਾਬ ਪੁਲਿਸ ਤੋਂ ਜਾਂਦੀ ਹੈ ਜੀ। ਤੇ ਥਰਡ ਰਿਪੋਰਟ ਜਿਹੜੀ ਹੈ ਵਾਈਸ ਸਕਿਉਰਟੀ, ਕਿਉਂਕਿ ਪ੍ਰੋਵਾਈਡ ਕਰਨ ਵਾਸਤੇ 2 ਮਾਪਦੰਡ ਨੇ, ਇੱਕ ਸਟੇਟ ਦਿੰਦੀ ਹੈ ਉਹਨਾਂ ਨੂੰ ਵਾਈਸ ਸਕਿਉਰਟੀ, ਸੈਂਟਰ ਸਰਕਾਰ ਦਿੰਦੀ ਹੈ ਜੀ। ਉਹ
ਉਹਦੇ ਤੇ ਡਿਪੈਂਡ ਕਰਦਾ ਕਿ ਸੈਂਟਰਲ ਸਰਕਾਰ ਨੇ ਦੇਣੀ ਹੈ ਵਾਈ ਸਿਕਿਉਰਿਟੀ ਤਾਂ ਉਹਦੇ ਵਾਸਤੇ ਆਈ ਪੀ ਦੀ ਰਿਪੋਰਟ ਵੀ ਜਾਂਦੀ ਹੈ ਫਿਰ ਜੀ 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 ਆਈ ਪੀ ਤੋਂ ਬਿਨਾਂ ਜਿਹੜਾ ਡੀ ਡੀ ਪੰਜਾਬ ਹੈ ਉਹ ਤੋਂ ਵੱਖਰੀ ਰਿਪੋਰਟ ਲਈ ਜਾਂਦੀ ਹੈ ਕੀ ਲੀਡਰ ਤੋਂ ਲਿਖ ਕੇ ਲੀਡਰ ਉਸ ਲਈ ਅਪਲਾਈ ਕਰੇਗਾ ਕਿ ਮੈਨੂੰ ਥ੍ਰੈਟ ਹੈ ਜਾਂ ਉਹ ਐਪਲੀਕੇਸ਼ਨ ਦੇਗਾ ਜਾਂ ਸਰਕਾਰ ਆਪਣੇ ਪੱਧਰ ਤੇ ਫਲਾਣੇ ਬੰਦੇ ਨੂੰ ਫਲਾਣੀ ਥ੍ਰੈਟ ਹੈਗੀ ਕਈ ਵਾਰੀ ਕੀ ਹੁੰਦਾ ਵੀ ਸੈਂਟਰ ਦੇ ਵੱਲੋਂ ਚਿੱਠੀ ਆਉਂਦੀ ਹੈ ਜੇ ਫਲਾਣੇ ਬੰਦੇ ਦੀ ਇੰਟੈਰੋਗੇਸ਼ਨ ਕੀਤੀ ਤੇ ਉਹ ਚੇਸ ਫਲਾਣੇ ਫਲਾਣੇ ਬੰਦਿਆਂ ਨੂੰ ਤੁਹਾਡੇ ਥ੍ਰੈਟ ਹੈਗੀ ਹੈ ਇਹਨਾਂ ਇਹਨਾਂ ਦੂਸਰਾ ਮੋਸਟਲੀ ਕੀ ਹੁੰਦਾ ਜਿਹੜਾ ਲੀਡਰ ਹੈ ਉਹ ਆਪ ਕਹਿੰਦਾ ਕਿ ਮੈਨੂੰ ਇਹਨਾਂ ਇਹਨਾਂ ਚੀਜ਼ਾਂ ਤੋਂ ਥ੍ਰੈਟ ਹੈਗੀ ਹੈ ਜਿਹਦੇ ਕਰਕੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਫਿਰ ਉਹ ਸਿਕਿਉਰਿਟੀ ਜਿਹੜੀ ਹੈ ਉਹ ਡਿਸਾਈਡ ਹੁੰਦੀ ਹੈ ਕਿਸ ਲੈਵਲ ਦੀ ਸਿਕਿਉਰਿਟੀ ਦੀ ਲੋੜ ਹੈ ਕਿਸ ਸੋਰਸ ਤੋਂ ਥ੍ਰੈਟ ਹੈ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ ਠੀਕ ਹੈ ਸਿੱਧੂ ਸਾਹਿਬ ਠੀਕ ਹੈ ਜੀ ਥੈਂਕ ਯੂ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਸੋ ਬਿਲਕੁਲ ਬਾਣਾ ਜੀ ਆਪਾਂ ਜਿਹੜਾ ਸਤਪਾਲ ਸਿੱਧੂ ਨੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਵੀ ਜਿਹੜਾ ਇਹਦਾ ਜਿਹੜਾ ਪੈਰਾਮੀਟਰ ਕੀ ਹੁੰਦਾ ਕਿਸ ਤਰ੍ਹਾਂ ਜਿਹੜਾ ਸਕਿਉਰਿਟੀ ਮਿਲਦੀ ਹੈ ਜਾਂ ਉਹਨਾਂ ਨੇ ਥ੍ਰੈਡ ਦਾ ਵੀ ਜਿਹੜਾ ਇੱਕ ਕਾਰਨ ਦੱਸਿਆ ਵੀ ਜੇਕਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਜਿਹੜਾ ਥ੍ਰੈਟ ਆਉਂਦੀ ਹੈ ਤਾਂ ਉਸਦਾ ਵੀ ਜਿਹੜਾ ਹਵਾਲਾ ਦਿੱਤਾ ਉਹਨਾਂ ਨੇ ਖਾਸ ਤੌਰ ਤੇ ਦੇਖੋ ਜਿਹੜਾ ਸਤਪਾਲ ਸਿੰਘ ਸਿੱਧੂ ਨੇ ਸਾਬਕਾ SSP ਵੀ ਰਹੇ ਨੇ ਉਹ ਤੇ ਖਾਸ ਕਰਕੇ ਜਿਹੜੀ ਖੁਫੀਆ ਡਿਪਾਰਟਮੈਂਟ ਹੈਗਾ ਉਹਦੇ ਤੇ ਵੀ ਉਹਨਾਂ ਨੇ ਕਾਫੀ ਦੇਰ ਕੰਮ ਕੀਤਾ ਹੁਣ ਉਹਨਾਂ ਨੇ ਗੱਲ ਇਹ ਕਹੀ ਹੈ ਕਿ ਜਦੋਂ ਜਿਹੜੀ ਇਹ ਖਾਸ ਕਰਕੇ ਵਾਈ ਸਿਕਿਉਰਿਟੀ ਹੈ ਵਾਈ ਪਲੱਸ ਹੈ ਇਹਦੀਆਂ ਜਿਹੜੀ ਸਿਕਿਉਰਿਟੀ ਦੇਣੀ ਹੈ ਜਾਂ ਤਾਂ ਸੈਂਟਰ ਸਰਕਾਰ ਦੇ ਤੇ ਉਹਦੇ ਚ ਪੰਜਾਬ ਦੇ ਜਿਹੜੇ DGP ਨੇ ਉਹਨਾਂ ਕੋਲ ਵੀ ਅਧਿਕਾਰ ਹੁੰਦਾ ਫਿਰ ਉਹ ਅਧਿਕਾਰ ਕੀ ਹੈ ਕਿ ਜਾਂ ਤਾਂ ਉਹ ਆਪਣੇ ਆਪ ਲਿਖ ਕੇ ਦੇਗਾ ਡਿਪਾਰਟਮੈਂਟ ਨੂੰ ਕਿ ਮੈਨੂੰ ਖਤਰਾ ਹੁਣ ਉਹ ਜੇ ਲਿਖ ਕੇ ਦੇਗਾ ਤਾਂ ਉਹ ਨਾਮ ਦੱਸੇਗਾ ਵੀ ਮੈਨੂੰ ਡਰ ਕਿਤੋਂ ਆ ਉਹਦਾ ਨੰਬਰ ਵੀ ਮੈਂਸ਼ਨ ਕਰਨਾ ਹੋਵੇ ਉਹਦੇ ਵੀ ਆਪਾਂ ਅਕਸਰ ਹੀ ਦੇਖਦੇ ਹਾਂ ਜਦੋਂ ਨਾ ਕਈ ਵਾਰ ਆਪਾਂ ਨੂੰ ਆਪਾਂ ਵੀ ਦੇਖਦੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੁੰਦੀ ਹੈ ਫੋਟੋਆਂ ਵੀ ਵਾਇਰਲ ਹੁੰਦੀ ਹੈ ਵੀ ਜਾਂ ਮੈਨੂੰ ਥ੍ਰੈਡ ਆ ਰਿਹਾ ਜਾਂ ਮੈਨੂੰ ਜਿਹੜੇ ਫੇਕ ਕਾਲ ਆਈ ਹੈ ਮੈਨੂੰ ਧਮਕੀ ਆ ਰਹੇ ਨਾ ਤਾਂ ਇਦਾਂ ਦਾ ਵੀ ਜਿਹੜਾ ਟ੍ਰੈਂਡ ਹੈ ਕਿਤੇ ਨਾ ਕਿਤੇ ਚੱਲ ਰਿਹਾ ਉਹਦਾ ਟ੍ਰੈਕ ਨਿਕਲਦਾ ਉਹਦਾ ਬਕਾਇਦਾ ਰਿਕਾਰਡ ਹੁੰਦਾ ਕਿ ਇਹਦਾ ਪਿਛਲਾ ਰਿਕਾਰਡ ਕੀ ਹੈ ਜਿਹੜੇ ਜਿਨ੍ਹਾਂ ਨੇ ਲਿਖ ਕੇ ਦਿੱਤੀ ਹੈ ਲੀਡਰ ਰਹੇ ਨੇ ਕੋਈ ਜਾਂ ਵੱਡੇ ਅਫਸਰ ਰਹੇ ਨੇ ਜਾਂ ਇਹਨਾਂ ਦੇ ਕੀ ਜਿਹੜਾ ਬੈਕਗ੍ਰਾਉਂਡ ਕੀ ਹੈ ਉਹ ਸਾਰਾ ਜਿਹੜਾ ਦੇਖ ਕੇ ਜਿਹੜੀਆਂ ਖੁਫੀਆ ਏਜੰਸੀਆਂ ਚਾਹੇ ਉਹ IB ਹੈ ਚਾਹੇ ਇੰਟੈਲੀਜੈਂਸ ਹੈ ਚਾਹੇ CID ਹੈ ਚਾਹੇ ਰਾਜ ਜਿਹੜੀਆਂ ਵੀ ਡਿਪਾਰਟਮੈਂਟ ਦੀ ਡਿਊਟੀ ਲਾਈ ਜਾਂਦੀ ਉਹ ਡਿਪਾਰਟਮੈਂਟ ਦੇ ਅਧਿਕਾਰੀ ਨੇ ਬਕਾਇਦਾ ਉਹਨੂੰ ਚੈੱਕ ਕਰਦੇ ਆ ਉਹਦਾ ਬੈਕਗ੍ਰਾਉਂਡ ਚੈੱਕ ਕਰਦੇ ਨੇ ਸਾਰਾ ਚੈੱਕ ਕਰਨ ਤੋਂ ਬਾਅਦ ਰਿਪੋਰਟ ਬਣਾ ਕੇ ਦਿੰਦੇ ਨੇ ਗ੍ਰਹਿ ਮੰਤਰਾਲੇ ਨੂੰ ਫਿਰ ਗ੍ਰਹਿ ਮੰਤਰਾਲੇ ਤੋਂ ਹੀ ਉਹਨਾਂ ਨੂੰ ਜਿਹੜੀ ਵਾਈ ਸਿਕਿਉਰਿਟੀ ਮਿਲਦੀ ਆ ਹੁਣ ਤੱਕ ਦੀ ਗੱਲ ਕੀਤੀ ਰਪਾਣਾ ਜੀ ਜੇਕਰ ਕਿੰਨੇ ਕੁ ਜਿਹੜੇ ਅਜੇ ਸਿਆਸਤਦਾਨ ਦੇਖੋ ਕੱਲ ਜਿਹੜੇ ਤਿੰਨਾਂ ਨੂੰ ਜਿਹੜੀ ਇਹਨਾਂ ਨੇ ਕਾਂਗਰਸ ਛੱਡੀ ਹੈ ਉਹਨਾਂ ਦੇ ਵਿੱਚ ਤਜਿੰਦਰ ਬਿੱਟੂ ਜਿਹੜੇ ਲੁਧਿਆਣਾ ਤੋਂ ਨੇ ਉਹ ਪ੍ਰਿੰਕਾ ਗਾਂਧੀ ਨੇ ਬੜੇ ਖਾਸ ਰਹੇ ਜੀ ਤੇ ਬੜੇ ਨੇੜਲੇ ਸਾਥੀ ਰਹੇ ਨੇ ਉਹਨਾਂ ਦੇ ਸਿਆਸਤ ਤੌਰ ਤੇ ਉਹ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ਸੀਗੇ ਤੇ ਉਹਨਾਂ ਨੇ ਪਿਛਲੇ ਦਿਨ ਕਾਂਗਰਸ ਛੱਡੀ ਸੀ ਉਹ BJP ਸ਼ਾਮਲ ਹੋ ਗਏ ਸੀ ਇਸੇ ਤਰ੍ਹਾਂ ਮੈਡਮ ਕਰਮਜੀਤ ਕੌਰ ਚੌਧਰੀ ਜਿਹੜੇ ਮਰਹੂਮ ਚੌਧਰੀ ਸੰਤੋਖ ਸਿੰਘ ਚੌਧਰੀ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਉਸ ਟਾਈਮ ਮੌਜੂਦਾ ਸੀਗੇ ਜਦੋਂ ਨੇ ਲੁਧਿਆਣੇ ਤੋਂ ਗੱਲ ਬਿਲਕੁਲ ਨਹੀਂ ਉਹ ਜਲੰਧਰ ਤੋਂ ਸੀ ਤੇ ਉਹਨਾਂ ਨੂੰ ਉਹਨਾਂ ਨੇ ਵੀ ਸ਼ਾਮਲ ਹੋਏ ਆ
ਤੇ ਕਰਮਜੀਤ ਚੌਧਰੀ, ਇੱਕ ਉਹਨਾਂ ਦੇ ਬੇਟੇ ਵਿਕਰਮਜੀਤ ਚੌਧਰੀ, ਉਹ ਵਿਧਾਇਕ ਨੇ, ਉਹ ਨਾਲ ਹੀ ਸ਼ਾਮਲ ਹੋਏ, ਉਹ ਵੀ ਸ਼ਾਮਲ ਹੋ ਗਏ ਸੀ ਉਹਨਾਂ, ਤਿੰਨਾਂ ਨੂੰ ਮਿਲ ਗਈ। ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪਿਛਲੇ ਮਹੀਨੇ ਜਿਹੜੇ ਸੁਸ਼ੀਲ ਰਿੰਕੂ ਹੈ, ਜਿਹੜੇ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਸੀ, ਉਹ ਵੀ ਬੀਜੇਪੀ ਚਲੇ ਗਏ ਸੀਗੇ, ਉਹਨਾਂ ਨੂੰ ਵੀ ਵਾਈਸ ਸਕਿਉਰਿਟੀ ਮਿਲ ਗਈ। ਸ਼ੀਤਲ ਉਂਗਰਾਲ, ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ, ਉਹਨਾਂ ਨੂੰ ਵੀ ਮਿਲ ਗਈ। ਤੇ ਇਸ ਤੋਂ ਇਲਾਵਾ ਇੱਕ ਤੋਂ ਹੋਰ ਹੈਗੇ ਨੇ ਜਿਹੜੇ ਪੰਜਾਬ ਦੇ, ਜਿਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਉਹਨਾਂ ਨੂੰ ਵਾਈ ਤੇ ਵਾਈ ਪਲੱਸ ਸਕਿਉਰਿਟੀ ਹੈ, ਜਿਹੜੀ ਕਿਸੇ ਨੂੰ ਵਾਈ ਹੈ, ਕਿਸੇ ਨੂੰ ਵਾਈ ਪਲੱਸ ਹੈ। ਤੇ ਵਾਈ ਪਲੱਸ ਤੇ ਵਾਈ ਦੇ ਵਿੱਚ ਫਰਕ ਕੀ ਹੈ? ਕਿੰਨੇ ਕੁ ਮੁਲਾਜ਼ਮ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਸਾਰਾ ਖਰਚਾ, ਜਿਹੜਾ ਰਹਿਣਾ ਸਹਿਣਾ ਖਰਚਾ ਵਗੈਰਾ ਹੁੰਦਾ ਹੈ, ਤਾਂ ਕੌਣ ਕਰਦਾ ਕਿ ਸਰਕਾਰ ਦੇ ਅੰਡਰ ਦਾ ਕੀ ਪ੍ਰੋਸੈਸ ਹੁੰਦਾ? ਗੱਲ ਇਹ ਹੈ ਕਿ ਜਿਹੜੀਆਂ ਵੀਆਈਪੀ ਸਿਕਿਉਰਿਟੀਆਂ ਹੁੰਦੀਆਂ ਨੇ ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਸਿਕਿਉਰਿਟੀ ਕਵਚਾ ਉਹ ਹੈਗਾ ਵਾਈ ਪਲੱਸ, ਸੋਰੀ ਜੈੱਡ ਪਲੱਸ। ਜੈੱਡ ਪਲੱਸ ਦਾ ਜਿਹੜਾ ਖਰਚਾ ਹੈ ਉਹ ਲਗਭਗ 25 ਲੱਖ ਰੁਪਈਆ ਮਹੀਨਾ ਜਿਹੜਾ ਜੈੱਡ ਪਲੱਸ ਸਿਕਿਉਰਿਟੀ ਦਾ ਆਉਂਦਾ, ਸਰਕਾਰ ਕਰਦੀ ਹੈ। ਜੇ ਕਿਸੇ ਨੂੰ ਜੈੱਡ ਪਲੱਸ ਸਿਕਿਉਰਿਟੀ ਮਿਲਦੀ ਹੈ, ਦੇਖੋ ਉਹ ਜਿਹੜੀ ਜੈੱਡ ਪਲੱਸ ਆ ਉਹ ਪ੍ਰਧਾਨ ਮੰਤਰੀ ਹੈ, ਚਾਹੇ ਸੋਨੀਆ ਗਾਂਧੀ ਹੈ, ਜਾਂ ਜਿਹੜੇ ਹੋਰ ਵੱਡੇ ਲੀਡਰ ਨੇ ਜਿਹੜੇ ਪਾਰਟੀਆਂ ਦੇ, ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦੇ 25 ਲੱਖ ਰੁਪਇਆ ਮਹੀਨਾ ਖਰਚਾ। ਉਹਦੇ ਵਿੱਚ ਲਗਭਗ 55 ਜਿਹੜੇ ਮੁਲਾਜ਼ਮ ਨੇ, ਸੁਰੱਖਿਆ ਗਾਰਡ ਹੈ ਉਹ ਤੈਨਾਤ ਹੁੰਦੇ ਨੇ, ਉਹਦੇ ਵਿੱਚ NSGB ਨੈਸ਼ਨਲ ਸਿਕਿਉਰਿਟੀ ਗਾਰਡ ਉਹ ਵੀ ਵਿੱਚ ਸ਼ਾਮਿਲ ਹੁੰਦੇ ਨੇ, ਤੇ ਉਹਦਾ ਜਿਹੜਾ ਖਰਚਾ ਲਗਭਗ 25 ਲੱਖ ਰੁਪਈਆ। ਉਸ ਤੋਂ ਬਾਅਦ ਜਿਹੜਾ ਅਗਲਾ ਸਿਕਿਉਰਿਟੀ ਕਵਚ ਆਉਂਦਾ ਉਹ ਜੈੱਡ ਸਿਕਿਉਰਿਟੀ ਹੈ, ਉਹਦੇ ਵਿੱਚ CM ਹੈ, ਡਿਪਟੀ CM ਹੈ, ਤੇ ਜਾਂ ਜਿਹੜੇ ਹੋਰ ਕਈ ਵਾਰ ਵੱਡੇ ਲੀਡਰ ਨੇ ਨਾ, ਜਿਹੜੇ ਸੀਨੀਅਰ ਵੱਡੇ ਲੀਡਰ ਹੁੰਦੇ ਉਹਨਾਂ ਨੂੰ ਵੀ ਜਿਹੜੇ ਉਹਦੇ ਵਿੱਚ ਆ ਜਾਂਦੇ ਆ, ਤੇ ਕਈ ਸਾਬਕਾ CM ਵੀ ਹੈਗੇ ਨੇ, ਕਈ ਵਾਰ ਸਾਬਕਾ ਡਿਪਟੀ CM ਨੇ, ਜਾਂ ਜਿਹਨਾਂ ਨੂੰ ਜ਼ਿਆਦਾ ਥ੍ਰੈਟ ਆਉਂਦੀ ਹੈ ਉਹ ਵੀ ਵਿੱਚ ਉਹਦੇ ਸ਼ਾਮਿਲ ਹੁੰਦੇ ਨੇ ਕਈ ਇਹ ਲੋੜ ਪੈਂਦੀ ਹੈ ਵੈਸੇ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਸਿਕਿਉਰਿਟੀ ਦੀ ਲੋੜ ਪੈਂਦੀ ਹੈ? ਕਿਉਂਕਿ ਜਿਸ ਤਰ੍ਹਾਂ ਜਿਹੜਾ ਮੇਰਾ ਸਵਾਲ ਸੁਣ ਲਓ, ਜਿਹੜਾ ਇੱਕ ਟ੍ਰੈਂਡ ਅੱਜ ਕੱਲ੍ਹ ਚੱਲ ਪਿਆ, ਤੁਸੀਂ ਦੇਖਿਆ ਨਾ ਵੀ ਹਾਂ ਵੀ ਪਾਰਟੀ ਛੱਡ ਕੇ ਜਿਹੜਾ ਬੀਜੇਪੀ ਵੱਲ ਮੂਵ ਕਰ ਲਓ ਤੇ ਤੁਹਾਨੂੰ ਸਿਕਿਉਰਿਟੀ ਮਿਲ ਜੂਗੀ, ਤਾਂ ਅਕਸਰ ਹੀ ਆਪਾਂ ਜਿਹੜੇ ਆਪਾਂ ਚਰਚਾ ਦਾ ਨਾਮ ਦਿੱਤਾ ਸਿਆਸਤਦਾਨਾਂ ਦਾ, ਤਾਂ ਉਹਨਾਂ ਨੇ ਜਿਹੜੀ ਪਾਰਟੀ ਛੱਡੀ ਹੈ ਤੇ ਨਾਲ ਹੀ ਜਿਹੜਾ ਮੂਵ ਕੀਤਾ ਬੀਜੇਪੀ ਵੱਲ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਵੱਖ ਵੱਖ ਸ਼੍ਰੇਣੀ ਦੀ ਜਿਹੜੀ ਆ ਉਹ ਸਿਕਿਉਰਿਟੀ ਮਿਲ ਗਈ ਹੈ? ਕੀ ਇਹ ਵਾਕਈ ਚਾਹੀਦੀ ਹੁੰਦੀ ਹੈ ਕਿ ਜ਼ਰੂਰਤ ਹੁੰਦੀ ਹੈ ਇਸ ਚੀਜ਼ ਦੀ, ਕਿ ਇੱਕ ਟੋਲ ਟੱਪਾ ਵਾਸਤੇ ਹੁੰਦੀ ਹੈ? ਅਮਰ ਜੀ ਗੱਲ ਹੈ, ਆਪਾਂ ਇਸ 'ਤੇ ਵੀ ਗੱਲ ਕਰਦੇ ਹਾਂ, ਆਪਾਂ ਸਿਰਫ ਦਰਸ਼ਕਾਂ ਨੂੰ ਇੱਕ ਦੱਸਦੇ ਸੀ, ਪਹਿਲਾਂ ਆਪਾਂ ਜੈੱਡ ਪਲੱਸ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਜੈੱਡ ਸਿਕਿਉਰਿਟੀ ਆ ਗਈ, ਜਿਹਦਾ ਖਰਚਾ ਕਰੇ 15 ਲੱਖ ਰੁਪਇਆ ਮਹੀਨਾ ਆਉਂਦਾ ਉਹਦੇ 'ਤੇ। ਉਹਦੇ 'ਚ ਕੀ ਹੈ ਕਿ 22 ਗਾਰਡ ਹੁੰਦੇ ਨੇ, ਉਹਦੇ ਵਿੱਚ ਜਿਹੜੀ ਜੈੱਡ ਸਿਕਿਉਰਿਟੀ ਹੈ 22 ਗਾਰਡ ਹੁੰਦੇ ਨੇ, ਉਹਦੇ 'ਚ 4-5 NSG ਹੁੰਦੇ ਆ, ਕਮਾਂਡੋ ਹੁੰਦੇ ਆ, ਪੰਜਾਬ ਪੁਲਿਸ ਸਿਕਿਉਰਿਟੀ ਹੁੰਦੀ ਹੈ, CRPF ਹੁੰਦੀ ਹੈ, ਜਿਹੜੀ ਇਹਦੀ ਜਿਹੜਾ ਆਵਾਜਾਈ ਦਾ ਜਿਹੜਾ ਇਹਦਾ ਟਰਾਂਸਪੋਰਟ ਦਾ ਖਰਚਾ ਉਹ ਸਾਰਾ ਕੁੱਲ ਮਿਲਾ ਕੇ ਖਰਚਾ ਖਾਸਾ ਤੰਤਰ ਮੰਤਰ। ਹਾਂ ਬਿਲਕੁਲ, ਉਹ ਸਾਰਾ ਤੁਹਾਨੂੰ ਪਤਾ ਜਦੋਂ ਵੱਡੇ ਲੀਡਰ ਆਉਂਦੇ ਨੇ ਹੈ ਨਾ, ਕਿੰਨੀਆਂ ਗੱਡੀਆਂ ਉਹਨਾਂ ਦੇ ਨਾਲ ਹੁੰਦੀ ਆ, ਕਾਫਲਾ ਹੁੰਦਾ ਉਹਨਾਂ ਦਾ ਵੱਡਾ, ਇਹ ਸਾਰਾ ਸਿਕਿਉਰਿਟੀ ਦਾ ਰੀਜ਼ਨ ਹੀ ਹੈ। ਇਹਦੇ 'ਤੇ ਕਰੀਬ 15 ਲੱਖ ਰੁਪਇਆ ਆਉਂਦਾ। ਉਸ ਤੋਂ ਬਾਅਦ ਇੱਕ ਵਾਈ ਪਲੱਸ ਜਿਹੜੀ ਕੈਟਾਗਰੀ ਉਹ ਆਉਂਦੀ ਆ, ਵਾਈ ਪਲੱਸ ਜਿਹੜੀ ਹੈਗੀ ਆ ਉਹਦੇ ਉੱਪਰ ਕਰੀਬ 12 ਕੁ ਲੱਖ ਰੁਪਇਆ ਜਿਹੜਾ ਖਰਚਾ ਮਹੀਨੇ ਦਾ ਆਉਂਦਾ, ਜਿਹੜੇ ਵਾਈ ਪਲੱਸ ਹੈ, ਤੇ ਉਸ ਦੇ ਵਿੱਚ ਵਾਈ ਪਲੱਸ ਦੇ ਵਿੱਚ 11 ਗਾਰਡ ਹੈ, ਤੇ ਉਸ ਤੋਂ ਬਾਅਦ ਜੇਕਰ ਆਪਾਂ ਇਕੱਲੇ ਵਾਈ ਸਿਕਿਉਰਿਟੀ ਲਾਈਏ ਉਹਦੇ 'ਚ 8 ਗਾਰਡ ਆਉਂਦੇ ਨੇ, ਉਹ 'ਚ CRP ਹੈ, ਕੁਝ ਪੰਜਾਬ ਪੁਲਿਸ ਦੇ ਵੀ ਹੈਗੇ, ਜਿੱਥੇ ਹੁੰਦਾ ਉੱਥੇ ਲੀਡਰ ਉੱਥੋਂ ਦੇ ਜਿਹੜੀ ਸਥਾਨਕ ਹੈ ਉਹ ਵੀ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਵਾਈ ਪਲੱਸ ਤੇ ਜੈੱਡ ਹੈ ਤੇ ਜੈੱਡ ਪਲੱਸ ਹੈ, ਇਹ ਜਿਹੜਾ ਸੁਰੱਖਿਆ ਕਵਚ ਹੈ, ਜੈੱਡ ਪਲੱਸ ਤਾਂ ਬਿਲਕੁਲ VVIP ਵਾਲਾ ਹੋ ਗਿਆ ਨਾ, ਜਿਹੜੇ 2 ਵਾਈ ਪਲੱਸ ਤੇ ਜਿਹੜੀ ਜੈੱਡ ਪਲੱਸ, ਜਿਹੜੀ ਜੈੱਡ ਸਿਕਿਉਰਿਟੀ ਹੈ, ਉਹ ਜਦੋਂ ਵੀ ਲੀਡਰ ਕਿਤੇ ਜਾਏਗਾ ਪਹਿਲਾਂ ਉੱਥੇ ਇਨਫੋਰਮ ਹੋਏਗਾ ਕਿ ਲੀਡਰ ਆ ਰਿਹਾ, ਤਾਂ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਉਹ ਵੀ ਨਾਲ ਚੱਲੇਗੀ। ਆਪਾਂ ਦੇਖਦੇ ਹਾਂ ਜਦੋਂ ਪਟਿਆਲੇ ਪੇਸ਼ੀ ਦੇ ਆਉਂਦੇ ਸੀ ਵਿਕਰਮ ਮਜੀਠੀਆ, ਉਹਨਾਂ ਨਾਲ ਜਿਹੜੀ ਲੋਕਲ ਜਿਹੜੀ ਪੁਲਿਸ ਉਹ ਨਾਲ ਹੁੰਦੀ ਸੀ, ਇਸ ਤਰ੍ਹਾਂ ਕਾਫੀ ਹੋਰ ਲੀਡਰ ਹੈ ਉਹਦੇ ਵਿੱਚ, ਕਈ ਮੰਤਰੀ ਵੀ ਹੁੰਦੇ ਨੇ ਨਾ, ਜਦੋਂ ਨਾਲ ਉਹ ਜਾਂਦੇ ਨੇ ਤਾਂ ਉਹ ਜਿਹੜੀ ਲੋਕਲ ਪੁਲਿਸ ਹੈ ਉਹਦੀ ਇੱਕ ਜਿਪਸੀ ਵਗੈਰਾ ਜਿਹੜੀ ਪੁਲਿਸ ਨਾਲ ਲੱਗਦੀ ਹੈ। ਹੁਣ ਗੱਲ ਇਹ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਬੀਜੇਪੀ 'ਚ ਗਏ ਆ ਕਿ ਉਹਨਾਂ ਨੂੰ ਜ਼ਰੂਰਤ ਹੈ ਕਿ ਨਾ। ਹੁਣ ਦੇਖੋ, ਜਦੋਂ ਤੁਸੀਂ ਪਾਰਟੀ ਛੱਡੀ ਹੈ, ਤੁਸੀਂ ਇੱਕ ਬਾਗੀ ਦਾ ਠੱਪਾ ਲਵਾ ਲਿਆ, ਤਾਂ ਫਿਰ ਕੋਈ ਤਾਂ ਤੁਹਾਨੂੰ ਫਾਇਦਾ ਮਿਲਣਾ ਚਾਹੀਦਾ। ਬਿਲਕੁਲ, ਹੁਣ ਤੁਹਾਨੂੰ ਟਿਕਟ ਮਿਲ ਗਈ, ਕਿਸੇ ਨੂੰ ਤਾਂ ਟਿਕਟ ਮਿਲ ਗਈ, ਕਿਸੇ ਨੂੰ ਮਿਲਣੀ ਹੈ, ਕਿਸੇ ਨੂੰ ਸਿਕਿਉਰਿਟੀ ਮਿਲ ਗਈ, ਕਿਸੇ ਨੂੰ ਸਿਕਿਉਰਿਟੀ ਮਿਲ ਗਈ, ਜੇ ਨੂੰ ਤਾਂ ਟਿਕਟ ਮਿਲ ਗਈ ਉਹਦੇ ਕੋਲ ਵੀ ਸਿਕਿਉਰਿਟੀ ਹੈ। ਹੁਣ ਜੇ ਤਾਂ ਉਹ ਜਿੱਤ ਗਿਆ ਫਿਰ ਤਾਂ ਆਟੋਮੈਟਿਕਲੀ ਉਹਨਾਂ ਕੋਲ ਜਿਹੜੀ ਸਿਕਿਉਰਿਟੀ ਹੈ ਸੁਰੱਖਿਆ ਉਹ ਮਿਲ ਹੀ ਜਾਣੀ ਹੈ ਉਹਨੂੰ। ਪਰ ਜੇਕਰ ਮੰਨ ਲਓ ਕਿਸੇ ਕਾਰਨ ਕਰਕੇ ਉਹ ਹਾਰ ਜਾਂਦਾ,
ਨਹੀਂ ਜਿੱਤਦਾ, ਪਾਰਟੀ ਤੋਂ MP ਨਹੀਂ ਬਣਦਾ, MLA ਨਹੀਂ ਬਣਦਾ, ਤਾਂ ਘੱਟੋ ਘੱਟ ਬਾਗੀ ਹੋਣ ਦਾ ਕੋਈ ਫਾਇਦਾ ਤਾਂ ਹੋਣਾ ਚਾਹੀਦਾ ਨਾ, ਠੀਕ ਹੈ, ਚਾਹੇ ਚਾਰ ਉਹਦੇ ਕੋਲ ਜਿਹੜੀ ਸਿਕਿਉਰਿਟੀ ਹੈ, ਚਾਹੇ ਕਮਾਂਡੋ 2 ਆ, ਚਾਹੇ 4 ਆ, ਚਾਹੇ 8 ਹੈ, ਜਦੋਂ ਉਹ ਕਿਤੇ ਜਾ ਰਿਹਾ ਤਾਂ ਪਤਾ ਲੱਗੇ ਵੀ ਹਾਂ ਇਹਨਾਂ ਨੇ ਪਾਰਟੀ ਛੱਡੀ ਸੀ ਤੇ ਆਹ ਜਿਹੜੇ ਨਾਲ 4 ਕਮਾਂਡੋ ਆ ਰਹੇ ਨੇ ਇਹ ਉਹਨਾਂ ਦਾ ਨਤੀਜਾ। ਜਦੋਂ ਫਿਰ ਇਹ ਹੈ ਥੋੜਾ ਟੋਲ ਟੱਪਾ ਵੀ ਹੁੰਦਾ ਜਦੋਂ ਆਪਾਂ ਕਿਸੇ ਲੀਡਰ ਨੂੰ ਮਿਲਣ ਜਾਂਦੇ ਹਾਂ ਜਾਂ ਕਿਸੇ ਅਫਸਰ ਨੂੰ ਮਿਲਣ ਜਾਂਦੇ ਹਾਂ, ਤੇ ਜਦੋਂ ਤੁਹਾਡੇ 2 ਇੱਧਰ ਖੜੇ ਨੇ, 2 ਇੱਧਰ ਗਨਮੈਨ ਖੜੇ ਨੇ ਤੇ ਆ ਕੇ ਗੱਡੀ ਰੋਕਦੇ ਆ, 4 ਗਨਮੈਨ ਤੁਹਾਡੇ ਨਾਲ ਉਤਰਦੇ ਨੇ, ਤੁਹਾਡੀ ਜੈ ਜੈਕਾਰਾ ਥੋੜੀ ਜਿਹੀ ਹੋਰ ਜ਼ਿਆਦਾ ਹੋ ਜਾਂਦੀ ਹੈ, ਪਿੰਡਾਂ ਸ਼ਹਿਰਾਂ 'ਚ ਵੱਜਦੀ ਆ ਫਿਰ, ਹਾਂ ਬਿਲਕੁਲ ਉਹ ਤੁਹਾਡੀ ਜਿਹੜੀ ਤੂਤੀ ਬੋਲਣੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਤੂਤੀ ਬੋਲਣੀ ਸ਼ੁਰੂ ਹੋ ਜਾਂਦੀ ਹੈ। ਪਰ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਜਿਹੜੀ ਇਹ ਤੂਤੀ ਬੋਲ ਰਹੀ ਹੈ, ਜਿਹੜੇ 4 ਇੱਧਰ 2 ਇੱਧਰ ਨਾਲ ਖੜੇ ਨੇ, ਜਿਹੜਾ ਇਹਦਾ ਭਾਰ ਉਹ ਸਾਡੇ ਤੇ ਪੈ ਰਿਹਾ, ਜਿਹੜਾ 10 ਲੱਖ ਰੁਪਇਆ, 15 ਲੱਖ ਰੁਪਇਆ, 25 ਲੱਖ ਰੁਪਇਆ, ਜਿਹੜਾ ਵੀ ਤੁਹਾਡੀ ਸਿਕਿਉਰਿਟੀ ਤੇ ਖਰਚ ਆ ਰਿਹਾ, ਉਹ ਜਿਹੜਾ ਉਹਦਾ ਸਰਕਾਰ ਤਾਂ ਦੇ ਰਹੀ ਹੈ, ਠੀਕ ਹੈ, ਪਰ ਕਿਤੇ ਨਾ ਕਿਤੇ ਘੁੰਮ ਕਮਾ ਕੇ ਉਹਦਾ ਜਿਹੜਾ ਖਰਚ ਪੈਣਾ ਤਾਂ ਸਾਡੇ ਤੇ ਹੀ ਹੈ ਨਾ, ਜਨਤਾ ਤੇ ਹੀ ਪੈਣਾ। ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਮਾਹੌਲ ਚੱਲ ਰਿਹਾ ਬਹੁਤਾ ਠੀਕ ਨਹੀਂ ਹੈਗਾ, ਜਨਤਾ ਲਈ ਖਾਸ ਕਰਕੇ ਹੈ ਵੀ ਬਹੁਤਾ ਚੰਗੀ ਗੱਲ ਨਹੀਂ ਹੈ। ਹਰਪਾਲਾ ਜੀ, ਕੋਈ ਇੱਦਾਂ ਦਾ ਵੀ ਹੈਗਾ ਕਿ ਜਿਹੜੇ ਵੱਡੇ ਲੀਡਰ ਹੁੰਦੇ ਨੇ ਕਿ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਜਾਂ ਫਿਰ ਅੱਜ ਦਾ ਜਿਹੜਾ ਰੁਝਾਨ ਚੱਲ ਰਿਹਾ ਜਿਸ ਤਰ੍ਹਾਂ ਆਪਾਂ ਅੰਕੜੇ ਦਿੱਤੇ ਨੇ ਵੀ ਜਿਹੜਾ ਵੀ BJP ਦੇ ਵਿੱਚ ਮੂਵ ਕਰ ਰਿਹਾ ਤਾਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ, ਕੋਈ ਮਾਪਦੰਡ ਤਾਂ ਨਹੀਂ ਹੈ ਵੀ ਕਿ ਵਾਕਈ ਇਹਨੂੰ ਹੀ ਦੇਣੀ ਹੈ ਜਾਂ ਇਹ ਵੱਡਾ ਲੀਡਰ ਹੈ ਜਾਂ ਛੋਟਾ ਲੀਡਰ ਹੈ ਜਾਂ ਫਿਰ ਪਾਰਟੀ ਛੱਡ ਕੇ ਆਇਆ ਜਾਂ ਉਹਨੂੰ ਦੇ ਰਹੇ ਨੇ? ਅਮਰਜੀਤ, ਗੱਲ ਇਹ ਹੈ ਕਿ ਜਿਹੜੀ ਸਿਕਿਉਰਿਟੀ ਹੈ ਉਹਦਾ ਕੋਈ ਮਾਪਦੰਡ ਨਹੀਂ ਹੈ, ਠੀਕ ਹੈ, ਮਾਪਦੰਡ ਇਹ ਜ਼ਰੂਰ ਹੈਗਾ ਕਿ ਸਿਕਿਉਰਿਟੀ ਮਿਲਣੀ ਕਿਵੇਂ ਆ, ਪਰ ਸਿਕਿਉਰਿਟੀ ਦੇਣੀ ਕਿਹਨੂੰ ਇਹਦਾ ਕੋਈ ਮਾਪਦੰਡ ਨਹੀਂ ਹੈਗਾ ਵੀ 22+ ਸਿਕਿਉਰਿਟੀ ਹੈ ਜਾਂ 22 ਸਿਕਿਉਰਿਟੀ ਦੇਣੀ ਹੈ, ਉਹ ਕੋਈ ਬਾਹਲਾ ਵੱਡਾ ਲੀਡਰ ਹੋਵੇ, ਕੋਈ MP ਹੋਵੇ, ਸਾਬਕਾ MP ਹੋਵੇ ਜਾਂ ਮੰਤਰੀ ਹੋਵੇ, ਉਹਨੂੰ ਦੇਣਾ। ਜਦੋਂ ਗ੍ਰਹਿ ਮੰਤਰਾਲੇ ਨੇ ਇੱਕ ਲਿਖ ਕੇ ਦਿੱਤਾ ਕਿ ਇਸ ਬੰਦੇ ਨੂੰ ਖਤਰਾ ਹੈ ਤੇ ਇਸ ਬੰਦੇ ਦੀ ਜਿਹੜੀ ਰਿਪੋਰਟ ਆ, ਗਰਾਊਂਡ ਰਿਪੋਰਟ ਆ ਜਾਂ ਨੀਚੇ ਤੋਂ ਜਿਹੜੀ IB ਨੇ, ਇੰਟੈਲੀਜੈਂਸ ਨੇ ਰਿਪੋਰਟ ਭੇਜਦੀ ਹੈ ਕਿ ਇਹਨੂੰ ਡਰ ਹੈਗਾ ਤਾਂ ਜਾਂ ਇਹਨੂੰ ਥ੍ਰੈਟ ਆਈ ਹੈ, ਤਾਂ ਉਹ ਜਿਹੜੀ ਸਿਕਿਉਰਟੀ ਤੁਹਾਨੂੰ ਮਿਲ ਜਾਣੀ ਹੈ, ਚਾਹੇ ਆਮ ਬੰਦਾ ਵੀ ਕਿਉਂ ਨਾ ਹੋਵੇ, ਇਸ ਦੇ ਵਿੱਚ ਕੋਈ ਲੀਡਰ ਵੱਡਾ ਛੋਟਾ ਉਹਦਾ ਕੋਈ ਮਾਪਦੰਡ ਨਹੀਂ ਹੈ। ਠੀਕ ਹੈ, ਰਪਾਲਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਬਿਲਕੁਲ, ਅਸੀਂ ਅੱਜ ਗੱਲਬਾਤ ਕੀਤੀ ਹੈ ਬੋਲਦਾ ਪੰਜਾਬ ਦੇ ਵਿੱਚ ਜਿਹੜੇ ਸਿਆਸਤਦਾਨ ਆਪਣੀ ਪਾਰਟੀਆਂ ਛੱਡ ਕੇ BJP ਵੱਲ ਮੂਵ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਹੈ ਉਹ ਮਿਲ ਰਹੀ ਹੈ, ਕਿਹੜੀ ਸੁਰੱਖਿਆ ਮਿਲ ਰਹੀ ਹੈ ਤੇ ਕਿੰਨਾ ਖਰਚਾ ਹੁੰਦਾ, ਇਸ ਤੇ ਅਸੀਂ ਜਿਹੜੀ ਚਰਚਾ ਕੀਤੀ ਹੈ। ਸਾਡਾ ਪ੍ਰੋਗਰਾਮ ਕਿਸਦਾ ਲੱਗਦਾ ਤੁਸੀਂ ਜਿਹੜਾ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜਿਹੜੀ ਮੈਸੇਜ ਕਰਿਆ ਕਰੋ, ਸਾਨੂੰ ਸੁਝਾਅ ਦਿਆ ਕਰੋ ਤਾਂ ਜੋ ਅਸੀਂ ਅਗਲੀ ਵਾਰ ਜਿਹੜਾ ਪ੍ਰੋਗਰਾਮ ਹੈ ਹੋਰ ਵਧੀਆ ਕਰ ਸਕੀਏ। ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।